ਚੁਣੀ ਸੀ ਮੇਰੇ ਦੇ ਖਿਲਾਫ ਹੈ। ਤੁਹਾਡੇ ਸਾਹਮਣੇ ਮੈਂ ਦੱਸਿਆ ਆ ਬੰਡਰ ਪਏ ਆ, ਕਿੰਨੇ ਪਿੰਡਾਂ ਦੇ ਪਏ ਨੇ, 99 ਵੋਟਾਂ ਜਲਾਲਪੁਰ ਦੀਆਂ ਨੇ ਜਿਹੜੀਆਂ ਪਈਆਂ, ਇਹਦੇ 'ਚ ਕਿੰਨਾ ਖਸਤਾ ਮੈਨੂੰ, ਕਿੰਨੀਆਂ ਵੋਟਾਂ ਜਹਿਲੀ ਜਿਹੜੀਆਂ ਬਣਾਈਆਂ ਨੇ ਐਸਡੀਐਮ ਸਾਹਿਬ ਨੇ, ਇਹਦੇ 'ਚ ਕਿਹੜਾ ਕਿਹੜਾ ਇਨਵੋਲਵ ਹੈ। ਅਤੇ ਇਹਦੇ ਪਿੱਛੇ ਜਿਹਾ ਜਿਹੜੀ ਕੱਲ੍ਹ ਪਰਸੋਂ ਗੱਲ ਹੋਈ ਸੀ ਅਤੇ ਕਹਿੰਦੇ ਗਿਲਜਾ ਸਾਹਿਬ ਜਿਹੜੀ ਸਾਡੀਆਂ ਵੋਟਾਂ ਨਹੀਂ ਬਣ ਦਿੰਦਾ, ਇਹ ਵੋਟਾਂ ਸਾਨੂੰ ਜਿਹੜੀਆਂ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ, ਇਹ ਵੋਟਾਂ ਸਾਨੂੰ। ਗੱਲ ਕੀਤੀ ਜਾਵੇ ਤਾਂ ਜਦੋਂ ਜਿਹੜਾ ਤੁਸੀਂ ਉੱਥੇ ਮੌਕੇ 'ਤੇ ਪਹੁੰਚੇ ਤਾਂ ਤੁਹਾਨੂੰ ਕੀ ਖਲਸਾ ਸੀਗਾ ਜਦੋਂ ਤੁਸੀਂ ਉੱਥੇ? ਮੈਨੂੰ ਪਤਾ ਜੋ ਲੱਗਾ ਕਿ ਵੋਟਾਂ ਗਲਤ ਬਣ ਰਹੀਆਂ ਨੇ, ਪਹਿਲਾਂ ਬੀਡੀਓ ਸਾਹਿਬ ਦੇ ਵੀ ਗੱਲ ਪਏ ਬੰਦੇ, ਕਿਉਂਕਿ ਉਹ ਕਹਿਣਗੇ ਇਹਨੂੰ ਦਰਜ ਕਰੋ, ਇਹ ਉੱਥੇ ਵੰਡਣ ਪਿਆ ਸੀ। ਜਦੋਂ ਮੈਂ ਚੈੱਕ ਕਰਵਾਇਆ ਕਿ ਬੰਦਾ ਸਾਰੀ ਜਹਿਲੀ ਵੋਟਾਂ ਸਨ, ਇਹ ਵੀਡੀਓ 'ਤੇ ਵਿਚਾਰਾ ਭੱਜ ਗਿਆ, ਸਮਝ ਮੇਰੀ ਗੱਲ। ਅਤੇ ਮੈਂ ਉੱਥੇ ਫਿਰ ਉੱਥੇ ਬੈਠਾ ਰਿਹਾ, ਫਿਰ ਚੈੱਕ ਕੀਤੀਆਂ ਨੇ ਅਤੇ ਇਹ ਅੱਜ ਮੈਂ ਲੈ ਕੇ ਤੁਹਾਡੇ ਪੇਸ਼ ਕੀਤੀਆਂ। ਕੌਣ ਬੰਦੇ ਆ ਜਿਹੜੇ ਇਹਨਾਂ ਜਾਲੀ ਵੋਟਾਂ ਨੂੰ ਬਣਾਉਣ ਦੇ ਵਿੱਚ ਅਧਿਕਾਰੀ ਜਾਂ ਕਰਮਚਾਰੀ? ਅਧਿਕਾਰੀ ਜਿਹੜੇ ਜਿਹੜੇ ਵੀ ਜਿਹਨਾਂ ਦੀਆਂ ਸਾਈਨ ਆ ਵੇਖ ਲਓ, ਪੜ੍ਹ ਲਓ, ਆ ਸਾਈਨ ਮੈਂ ਦਿੱਤੇ ਸਬੂਤਾਂ ਸਮੇਤ ਪੇਸ਼ ਕੀਤੇ ਨੇ, ਅਧਿਕਾਰੀਆਂ ਦੇ ਸਾਈਨ ਸਬੂਤਾਂ ਸਮੇਤ ਜਿਹਨਾਂ ਨੇ ਬਣਾ ਕੇ ਭੇਜ ਦਿੱਤੀਆਂ, ਚੜ੍ਹਾ ਦਿਓ ਵਾਡਾ ਜੀ ਵੀ ਪਾਤੀ ਆਪ ਹੀ। ਮੌਜੂਦਾ ਵਿਧਾਇਕ ਹੋਣ ਦੇ ਨਾਤੇ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ ਹੋ, ਫਿਰ ਵੀ ਤੁਹਾਡੇ ਜਿਹੜੇ ਹੈਗੇ ਜਿਹੜਾ ਅਕਸਰ ਇਲਜ਼ਾਮ ਲੱਗਦੇ ਰਹਿੰਦੇ ਕਿ ਸਰਕਾਰ ਦੇ ਵਿੱਚ ਮੌਜੂਦਾ ਵਿਧਾਇਕ ਧੱਕਾ ਕਰਦੇ, ਪਰ ਤੁਹਾਡੇ ਨਾਲ ਤਾਂ ਸਹੀ ਨਾ, ਮੈਂ ਅੱਜ ਤੱਕ ਧੱਕਾ ਕੀਤਾ ਕਿਸੇ ਦਾ? ਨਾ, ਮੈਂ ਧੱਕਾ ਸਹਿਣਾ ਵੀ ਮਾੜਾ, ਧੱਕਾ ਕਰਨਾ ਵੀ ਮਾੜਾ, ਇਹ ਤਾਂ ਮੇਰਾ ਧੱਕਾ ਹੋ ਗਿਆ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੈਂ ਮੰਗ ਕਰਦਾ, ਮੈਂ ਚੋਣ ਕਮਿਸ਼ਨ ਨੂੰ ਇਹਦੀ ਕੰਪਲੇਂਟ ਪਾ ਦਿੱਤੀ ਹੈ ਅਤੇ ਚੋਣ ਕਮਿਸ਼ਨ ਕੋਲ ਮੈਂ ਇਹ ਮੰਗਦਾ ਕਿ ਇਹ ਜਿਹਨੇ ਅਫਸਰਾਂ ਨੇ ਗਲਤ ਕੰਮ ਕੀਤਾ, ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਇਹ ਆਪਣੀ ਨੌਕਰੀ ਤੋਂ ਬਰਖਾਸਤ ਹੋਣੇ ਚਾਹੀਦੇ ਆ। ਜਿਨ੍ਹਾਂ ਨੇ ਇਹ ਵੋਟਾਂ ਬਣਾਈਆਂ ਸਨ, ਉਹ ਹੀ ਜਿਨ੍ਹਾਂ ਨੇ ਇਹ ਵੋਟਾਂ ਬਣਾਈਆਂ ਸਨ, ਉਹਨਾਂ ਹੀ ਧਰਨਾ ਉਦੋਂ ਲਾਇਆ ਸੀ। ਕਹਿੰਦੇ ਸੀ ਫਿਰ ਪਤਾ ਲੱਗ ਜਾਏਗਾ, ਪਰ ਉਹਨਾਂ ਨੂੰ ਪਤਾ ਲੱਗੇਗਾ, ਉਹਨਾਂ ਆਪੇ ਸਾਬਤ ਕਰਨਗੇ ਜੋ ਬਣਾਇਆ ਤੇ ਉਹਨਾਂ ਹੀ ਸਾਰਾ, ਇਹਨਾਂ ਅਫਸਰਾਂ ਨਾਲ ਮਿਲ ਕੇ ਪੈਸਾ ਦੇ ਕੇ ਸਾਰਾ ਮਿਲੀ ਪੋਤਰਾ ਕੰਮ ਹੋਇਆ।